ਹੈਲੋ ਨਮਸਤੇ ਆਦਾਬ ਤੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਹਾਜ਼ਰ ਹੈ ਜੀ ਤੁਹਾਡਾ ਆਪਣਾ ਸਾਹਿਲ ਦੋਸਤੋ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿੱਚ ਕੁਝ ਸਿਤਾਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪਰਦੇ ਤੇ ਦੇਖਦੇ ਹੋ ਪਰ ਕੁਝ ਸਿਤਾਰੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਤੁਸੀਂ ਪਰਦੇ ਤੇ ਨਹੀਂ ਦੇਖ ਸਕਦੇ ਪਰ ਉਹਨਾਂ ਦੀ ਚਮਕ ਤੁਹਾਡੇ ਤੱਕ ਜ਼ਰੂਰ ਪਹੁੰਚ ਜਾਂਦੀ ਹੈ ਜੀ ਹਾਂ ਦੋਸਤੋ ਇਹੋ ਜਿਹੇ ਸਿਤਾਰਿਆਂ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਹਾਂ ਇਸ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਪੀਟੀਸੀ ਸਪੌਟਲਾਈਟ ਅੱਜ ਦੋਸਤੋ ਸਾਡੇ ਸ਼ੋਅ ਦੇ ਵਿੱਚ ਸਾਡੇ ਮਹਿਮਾਨ ਨੇ ਐਸ ਮੁਖਤਿਆਰ ਐਸ ਮੁਖਤਿਆਰ ਨੇ ਪੰਜਾਬੀ ਗੀਤਾਂ ਨੂੰ ਅਰਬਨ ਤੜਕੇ ਸਟਾਈਲ ਦੇ ਵਿੱਚ ਪੌਪ ਐਲਬਮਸ ਤੋਂ ਲੈ ਕੇ ਪੰਜਾਬੀ ਫਿਲਮਾਂ ਤੱਕ ਪਹੁੰਚਾਇਆ ਜੀहां ਦੋਸਤੋ ਉਹਨਾਂ ਨੇ 100 ਤੋਂ ਵੀ ਜ਼ਿਆਦਾ ਐਲਬਮਸ ਦੇ ਲਈ ਗੀਤ ਲਿਖੇ ਨੇ ਤੇ ਆਓ ਦੋਸਤੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਪੁੱਛਦੇ ਹਾਂ ਉਹਨਾਂ ਦੇ ਇਸ ਸਫ਼ਰ ਦੇ ਬਾਰੇ ਸਤਿ ਸ਼੍ਰੀ ਅਕਾਲ ਐਸ ਮੁਖਤਿਆਰ ਜੀ ਸਤਿ ਸ਼੍ਰੀ ਅਕਾਲ ਸਾਹਿਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੀਟੀਸੀ ਸਪੌਟਲਾਈਟ ਦੇ ਵਿੱਚ ਥੈਂਕ ਯੂ ਵੈਰੀ ਮਚੀ ਥੈਂਕ ਯੂ ਸਭ ਤੋਂ ਪਹਿਲਾਂ ਐਸ ਬਖਤਿਆਰ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਅਸੀਂ ਤੁਹਾਡੀ ਲਾਈਫ ਦੇ ਬਾਰੇ ਮਤਲਬ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਸੀਗਾ ਕਿੱਥੇ ਰਹਦੇ ਸੀ ਕੁਝ ਸਾਨੂੰ ਦੱਸੋ ਪਲੀਜ਼ ਜਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਮੇਰਾ ਨਾਲ ਪਿੰਡ ਪੈਂਦਾ ਪਿੱਪਲ ਮੰਗੋਲੀ ਅੱਛਾ ਜੀ ਤੇ ਮੈਂ 94 ਤੋਂ ਉੱਥੋਂ ਸ਼ਿਫਟ ਫਿਰ ਦਿੱਲੀ ਕੀਤਾ ਓਕੇ ਤੇ ਲਿਖਣ ਦਾ ਸ਼ੌਕ ਤੇ ਉੱਥੇ ਹੀ ਸੀਗਾ ਅੱਛਾ ਜੀ ਲੇਕਿਨ ਉੱਥੇ ਮੈਂ ਕਿਸੇ ਨੂੰ ਮਿਲਿਆ ਨਹੀਂ ਨਾ ਹੀ ਮਤਲਬ ਆਪਣੇ ਲਿਖ ਲੈ ਕੇ ਕਾਪੀਆਂ ਚ ਹੀ ਰੱਖਿਓ ਸੀਗਾ ਨਹੀਂ ਸੋ ਫਿਰ ਮ ਕਰੋ ਵੇਲਾ ਸੀਗਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਲਿਖਣ ਦੀ ਸਕੂਲ ਦੇ ਟਾਈਮ ਤੋਂ ਹੀ ਅੱਛਾ ਜੀ ਹਾਂਜੀ ਤੇ ਕੁਝ ਮਤਲਬ ਐਨੇ ਨਹੀਂ ਸੀ ਪ੍ਰੋਪਰਲੀ ਮਤਲਬ ਆਇਆ ਨਹੀਂ ਸੀ ਸਲੈਂਚ ਲੇਕਿਨ ਸ਼ੌਕ ਬਹੁਤ ਸੀਗਾ ਕਿ ਲਿਖ ਲਿਖ ਕੇ ਮੈਂ ਆਪਣੇ ਰਜਿਸਟਰ ਵਗੈਰਾ ਚ ਰੱਖਦਾ ਜਾਂਦਾ ਸੀਗਾ ਤੇ ਉਹ ਹੋਈ ਚੀਜ਼ਾਂ ਫਿਰ ਮੈਂ ਜਦੋਂ 94 ਦਿੱਲੀ ਆਇਆ ਤੇ ਇੱਥੇ ਆ ਕੇ ਮੈਂ ਜੌਬ ਵਗੈਰਾ ਕੀਤੀ ਜਦੋਂ ਰਾਈਟ ਰਾਈਟ ਮੈਨੂੰ ਪਰ ਕੁਝ ਯਾਦ ਹੈ ਤੁਹਾਨੂੰ ਜਦੋਂ ਤੁਸੀਂ ਸ਼ੁਰੂਆਤ ਕੀਤੀ ਜਦੋਂ ਤੁਸੀਂ ਸਕੂਲ ਦੇ ਵਿੱਚ ਹੀ ਉਹ ਪਹਿਲੀ ਮਤਲਬ ਲਾਈਨ ਕਿਹੜੀ ਸੀ ਜਾਂ ਉਹ ਕਦੋਂ ਕਿਹੜੀ ਕਲਾਸ ਸੀ ਜਦੋਂ ਤੁਸੀਂ ਉਹ ਲਿਖੇ ਮੈਂ ਸਰ 8ਵੀਂ ਕਲਾਸ ਸੀਗਾ ਅੱਛਾ ਜੀ ਉਸ ਵੇਲੇ ਸੀਗਾ ਉਹ ਚਮਕੀਲਾ ਸਟਾਈਲ ਦੇ ਅਸੀਂ ਲਿਖਦੇ ਹੁੰਦੇ ਸੀ ਉਸ ਟਾਈਮ ਕਿਉਂਕਿ ਉੱਥੇ ਡਿਊਡ ਦਾ ਚਮਕੀਲਾ ਔਰ ਮਸਤੀਕ ਵਗੈਰਾ ਇਸ ਸਟਾਈਲ ਦੇ ਸੀਗੇ ਲੇਕਿਨ ਜਦੋਂ ਅਸੀਂ ਦਿੱਲੀ ਆਏ ਤੇ ਇੱਥੇ ਆ ਕੇ ਬਿਲਕੁਲ ਟ੍ਰੈਂਡ ਚੇਂਜ ਹੋ ਗਿਆ ਸਾਰਾ ਬਿਲਕੁਲ ਬਿਲਕੁ ਗਾਣੇ ਤੇ ਸਰ ਗਾਣੇ ਹੁੰਦੇ ਨੇ ਪਰ ਤੁਸੀਂ ਸਕੂਲ ਦੇ ਵਿੱਚ ਲਿਖਦੇ ਸੀਗੇ ਉਸ ਤੋਂ ਬਾਅਦ ਕਾਲਜ ਦੇ ਵਿੱਚ ਵੀ ਤੁਸੀਂ ਗਏ ਹੋ ਕਦੀ ਮੈਂ ਕਾਲਜ ਨਹੀਂ ਗਿਆ ਸਰ ਕਾਲਜ ਦਾ ਤੇ ਟਾਈਮ ਹੀ ਨਹੀਂ ਮਿਲਿਆਗਾ ਕਿਉਂਕਿ ਜੋ ਪਰਮਾਤਮਾ ਨੇ ਲਿਖਿਆ ਹੁੰਦਾ ਉਹ ਹੀ ਹੋਣਾ ਹੁੰਦਾ ਕਿਉਂਕਿ ਕਾਲਜ ਦੇ ਟਾਈਮ ਫਿਰ ਮੰਮੀ ਡੈਡੀ ਦਿੱਲੀ ਲੈ ਕੇ ਆ ਗਏ ਸਾਨੂੰ ਓਕੇ ਓਕੇ ਫਿਰ ਇੱਥੇ ਆ ਕੇ ਕਾਲਜ ਛੱਡ ਦਿੱਤਾ ਹਾਂਜੀ ਕਾਲਜ ਛੱਡ ਨਹੀਂ ਗਏ ਤੇ ਫਿਰ ਰਾਈਟ ਪਰ ਜੋ ਤੁਸੀਂ ਸਕੂਲ ਦੇ ਵਿੱਚ ਲਿਖਦੇ ਸੀਗੇ ਕਦੀ ਸਬਬ ਬਣਿਆ ਕਿ ਟੀਚਰਸ ਨੇ ਕਿਹਾ ਹੋਵੇ ਚੱਲ ਵੀ ਸੁਣਾ ਨਹੀਂ ਐਸਾ ਕੁਝ ਨਹੀਂ ਸਰ ਯਾ ਦੋਸਤਾਂ ਦੇ ਵਿੱਚ ਕਦੀ ਸੁਣਾਇਆ ਉਹ ਉੱਥੇ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ ਕਿ ਮੈਂ ਕੰਮ ਕਰ ਰਿਹਾ ਹਾਂ ਅੱਛਾ ਬਹੁਤ ਘੱਟ ਮਦਦ ਜੋ ਪਿੰਡ ਦੇ ਸੀ ਇੱਕ ਦੋ ਯਾਰ ਦੋਸਤ ਉਹ ਨਾਲੇ ਬੈਠ ਕੇ ਕਰਦੇ ਸੀ ਅੱਜ ਉਹ ਬਾਹਰ ਵਗੈਰਾ ਬੈਠੇ ਨੂੰ ਆਨੇ ਐਪਰੀਸ਼ੀਏਟ ਕਰਦੇ ਉਸੇ ਚੀਜ਼ ਨੂੰ ਅਸੀਂ ਲੈ ਕੇ ਮੈਂ ਦਿੱਲੀ ਇਸ ਨੂੰ ਪਰ ਜਦੋਂ ਕਰਦੇ ਨੂੰ ਪਤਾ ਚੱਲਿਆ ਕਰਦੇ ਨੂੰ ਪਤਾ ਸੀਗਾ ਤੁਸੀਂ ਲਿਖਦੇ ਹੋ ਹਾਂਜੀ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਹਨਾਂ ਦਾ ਬਹੁਤ ਪੁਰਾਣਾ ਰਹਿ ਗਿਆ ਸੀ ਖਾਸ ਕਰਕੇ ਪਾਪਾ ਦਾ ਅੱਜ ਦੀ ਗੁਰਦੁਆਰਾ ਸਾਹਿਬ ਜੌਬ ਕਰਦੇ ਸੀਗੇ ਓਕੇ ਤੋ ਇਹ ਚੀਜ਼ ਨੂੰ ਲਾਈਕ ਨਹੀਂ ਸੀ ਕਰਦੇ ਹਗੇ ਓਕੇ ਓਕੇ ਤੇ ਮੰਮੀ ਤੇ ਹਮੇਸ਼ਾ ਐਪਰੀਸ਼ੀਏਟ ਕਰਦੇ ਸੀਗੇ ਰਾਈਟ ਹੁਣ ਜਦੋਂ ਤੁਸੀਂ ਉਹਨਾਂ ਦਾ ਗਾਣੇ ਦੇ ਦਿੱਤੇ ਨੇ ਬਹੁਤ ਜ਼ਿਆਦਾ ਤੁਸੀਂ 100 ਤੋਂ ਜ਼ਿਆਦਾ ਐਲਬਮਜ਼ ਦੇ ਲਈ ਗਾਣੇ ਦੇ ਚੁੱਕੇ ਹੋ ਹੁਣ ਫਿਰ ਕਰਦੇ ਨੇ ਕੀ ਰਿਐਕਸ਼ਨ ਹੈ ਹੁਣ ਤੇ ਸਰ ਇੱਜ਼ਤ ਇੱਜ਼ਤ ਮਿਲਦੀ ਹੋਰ ਕੁਝ ਨਹੀਂ ਪਰ ਪ੍ਰੋਪਰ ਜਿਹੜੀ ਇੱਜ਼ਤ ਉਹ ਕਦੋਂ ਮਿਲੀ ਉਹ ਕਿਹੜਾ ਟਰੈਕ ਜਿਹੜਾ ਹਿੱਟ ਹੋਇਆ ਜਾਂ ਤੁਸੀਂ ਲਿਖਿਆ ਜਦੋਂ ਕਰਦੇ ਨੇ ਕਿਹਾ ਹਾਂ ਚੱਲ ਠੀਕ ਹੈ ਯ ਰੱਬ ਤੋਂ ਮੰਗਿਆ ਕਰੋ ਖੁਸ਼ੀਆਂ ਦੇ ਦਿਨ ਚਾਰ ਉਸ ਤੋਂ ਬਾਅਦ ਮੈਨੂੰ ਘਰਦਿਆਂ ਨੇ ਕਦੇ ਵੀ ਡਾਂਟਣਾ ਰਾਈਟ ਤੁਸੀਂ 1994 ਦੇ ਵਿੱਚ ਦਿੱਲੀ ਆ ਗਏ ਹਾਂਜੀ ਦਿੱਲੀ ਦੇ ਵਿੱਚ ਆ ਕੇ ਜਦੋਂ ਮਾਹੌਲ ਥੋੜਾ ਜਿਹਾ ਚੇਂਜ ਹੋਇਆ ਕਿਉਂਕਿ ਪਿੰਡ ਤੋਂ ਬਾਅਦ ਤੁਸੀਂ ਦਿੱਲੀ ਆਏ ਸੀਗੇ ਥੋੜੀ ਜੀ ਪ੍ਰੋਬਲਮ ਹੋਈ ਲਿਖਣ ਦੇ ਵਿੱਚ ਜਾਂ ਜਦੋਂ ਤੁਹਾਡਾ ਸਰਕਲ ਇੱਕ ਬਿਲਕੁਲ ਚੇਂਜ ਹੋ ਗਿਆ ਕਿਉਂਕਿ ਤੁਸੀਂ ਕਿਹਾ 11200 ਦੇ ਵਿੱਚ ਲਿਖਦਾ ਸੀ ਹਾਂਜੀ ਕਦੀ ਤੁਹਾਨੂੰ ਥੋੜਾ ਜਿਹਾ ਟਾਈਮ ਲਈ ਜੋ ਤੁਹਾਨੂੰ ਚੇਂਜ ਕੀਤਾ ਇੱਕ ਲੋਕੇਸ਼ਨ ਚੇਂਜ ਕੀਤੀ ਉਸ ਦੇ ਨਾਲ ਨਾਲ ਕੀ ਤੁਹਾਡੀ ਸੋਚ ਨੂੰ ਵੀ ਚੇਂਜ ਕੀਤਾ ਹਾਂ ਬਿਲਕੁਲ ਕਰਨਾ ਪਿਆ ਸਰ ਕਿਉਂਕਿ ਮੈਂ ਜੇ ਉਸ ਟਾਈਮ ਜੋ ਦਿੱਲੀ ਦਾ ਟ੍ਰੈਂਡ ਸੀਗਾ ਡਬਲ ਬੀਟ ਦੇ ਗਾਣੇ ਜਾਂ ਰੋਮਾਂਟਿਕ ਗਾਣੇ ਚੱਲਦੇ ਪਏ ਸੀ ਇੱਧਰ ਬਿਲਕੁਲ ਡੂਟਦਾ ਤੇ ਦਿੱਲੀ 'ਚ ਹੈ ਨਹੀਂ ਸੀ ਟ੍ਰੈਂਡ ਲੇਕਿਨ ਮੈਂ ਜੋ ਜਿਵੇਂ ਜਿਵੇਂ ਸਿੰਗਰ ਨੇ ਡਿਮਾਂਡ ਕਰਨੀ ਉਸ ਹਿਸਾਬ ਨਾਲ ਮੈਂ ਕਰਨਾ ਕਿਉਂਕਿ ਮੇਰੇ ਕੋਲ ਪਰਮਾਤਮਾ ਦੀ ਕਿਰਪਾ ਨਾਲ ਪਲੱਸ ਆਰ ਹੈ ਕਿ ਮੈਂ ਨਾਲ ਕੰਪੋਜੀਸ਼ਨ ਕਰਦਾ ਸੀਗਾ ਬਾਜੀ ਬਾਜੀ ਕਿਉਂਕਿ ਈਜ਼ੀ ਹੋ ਜਾਂਦਾ ਹਰ ਬੰਦੇ ਨੂੰ ਇੱਕ ਬੰਦੇ ਨੂੰ ਪਲੱਸ ਮਿਲ ਜੇ ਤੇ ਉਹ ਕਰੇ ਜਿਸ ਮੈਂ ਸਿੰਗਰ ਨੂੰ ਸੁਣਾਉਂਦਾ ਸੀਗਾ ਤੇ ਉਹਨੂੰ ਕੰਪੋਜੀਸ਼ਨ ਨਾਲ ਵਧੀਆ ਲੱਗਦਾ ਸੀ ਗਾਣਾ ਤੇ ਓਕੇ ਕਰਦਾ ਮੇਰਾ ਗਾਣਾ ਫਿਰ ਸਭ ਤੋਂ ਪਹਿਲਾਂ ਰਿਲੀਜ ਹੋਇਆ ਸੀ ਚਨਾ ਮੈਂ ਤੇਰੀ ਚਾਨਣੀ ਤੂੰ ਦੀਵਾ ਮੈਂ ਤੇਰੀ ਲੋ ਕੀ ਬਾਤ ਹੈ ਭਾਜੀ ਤੁਸੀਂ ਚੰਨ ਦੀ ਗੱਲ ਕੀਤੀ ਹੈ ਤੇ ਮੈਂ ਚਾਹਾਂਗਾ ਕਿ ਤੁਸੀਂ ਲਾਈਨਾਂ ਸੁਣਾ ਦਿਓ ਫਿਰ ਇਸ ਗਾਣੇ ਦੀ ਮੈਂ ਦੋ ਲਾਈਨਾਂ ਕਰ ਦਿਆਂ ਕਿਉਂਕਿ ਕੰਮ ਤਾਂ ਇਹ ਸਿੰਗਰਾਂ ਦਾ ਹੁੰਦਾ ਲੇਕਿਨ ਜ਼ਰੂਰ ਜ਼ਰੂਰ ਚਨਾ ਮੈਂ ਤੇਰੀ ਚਾਨਣੀ ਤੂੰ ਦੀਵਾ ਮੈਂ ਤੇਰੀ ਲੋ ਚਨਾ ਮੈਂ ਤੇਰੀ ਚਾਨਣੀ ਤੂੰ ਦੀਵਾ ਮੈਂ ਤੇਰੀ ਲੋ ਇੱਕ ਜਾਨ ਹੈ ਤੇਰੀ ਮੇਰੀ ਵੇਖਣ ਨੂੰ ਅਸੀਂ ਦੋ ਚਨਾ ਮੈਂ ਤੇਰੀ ਚਾਨਣੀ ਤੂੰ ਦੀਵਾ ਮੈਂ ਤੇਰੀ ਲੋ ਵਾਹ ਜੀ ਵਾਹ ਪਰ ਇਹ ਇਹ ਤੁਹਾਡਾ ਮਤਲਬ ਪਹਿਲਾ ਗਾਣਾ ਸੀ ਜੋ ਮਾਰਕੀਟ ਦੇ ਵਿੱਚ ਆਇਆ ਆਫੀਸ਼ੀਅਲੀ ਜੋ ਕਿਸ ਕਿਸੇ ਸਿੰਗਰ ਕਿਹੜੇ ਸਿੰਗਰ ਸੀ ਜਿਨ੍ਹਾਂ ਨੇ ਇਹ ਗਾਣਾ ਗਾਇਆ ਇਹ ਸਰ ਮਿਸਟਰ ਰਾਜਨ ਸੀਗੇ ਨਵੇਂ ਸਿੰਗਰ ਸੀਗੇ ਤੇ ਉਹਨਾਂ ਦੀ ਪਹਿਲੀ ਐਲਬਮ ਸੀ ਤੇ ਮੇਰੇ ਲਈ ਵੀ ਇਹ ਪਹਿਲਾ ਸੀਗਾ ਤੇ ਸਾਡੀ ਟੀਮ ਨੇ ਮਤਲਬ ਪਹਿਲੀ ਐਸੀ ਸਕਸੈਸ ਮਿਲੀ ਤੇ ਪ੍ਰਮਾਤਮਾ ਨੇ ਪਿੱਛੇ ਮੁੜ ਕੇ ਦੇਖਣ ਨਹੀਂ ਦਿੱਤਾ ਸਾਨੂੰ ਤੁਸੀਂ ਬਹੁਤ سارے ਸਿੰਗਰਸ ਨਾਲ ਕੰਮ ਕਰ ਚੁੱਕੇ ਹੋ ਕੋਈ ਹੋਰ ਜੇ ਸਿੰਗਰ ਜਿਨ੍ਹਾਂ ਨਾਲ ਹੱਲੇ ਵੀ ਮਤਲਬ ਤੁਹਾਡੇ ਬੰਦ ਦੇ ਵਿੱਚ ਹੋਵੇ ਕਿ ਮੈਂ ਇਹਨਾਂ ਲਈ ਗਾਣਾ ਲਿਖਣਾ ਚਾਹੁੰਦਾ ਹੈ ਮੇਰਾ ਗਾਣਾ ਇਹ ਗਾਣ ਕੋਈ ਹੈ ਸਰ ਮਾਨ ਸਾਹਿਬ ਵੀ ਨੇ ਬਾਕੀ ਤੇ ਸਾਹਮਣੇ ਜੋ ਜੋ ਮੈਂ ਸੋਚਦਾ ਆ ਰਿਹਾ ਸੀਗਾ ਅੱਜ ਤੱਕ ਮੈਂ ਜੋ ਵੀ ਫੀਲ ਕੀਤਾ ਸਰ ਉਹ ਹੁੰਦਾ ਆਇਆ ਰਾਈਟ ਮੈਂ ਜਦੋਂ ਦਿੱਲੀ ਚ ਆਇਆ ਸੀ ਤੇ ਉਸ ਵੇਲੇ ਸਟੀਰੀਓ ਨੇਸ਼ਨ ਦਾ ਬਹੁਤ ਜਮਾਨਾ ਸੀਗਾ ਤੇ ਮੈਂ ਸੋਚਿਆ ਸੀਗਾ ਉਸ ਤੋਂ ਬਾਅਦ ਸਟਿਊਡੀਓ ਨੇ ਜੀ ਨੇ ਮੇਰੇ ਦੋ ਗਾਣੇ ਗਾਏ ਤਾਂ ਮਤਲਬ ਜਿਵੇਂ ਜੋ ਜੋ ਮੈਂ ਮਾਈਂਡ 'ਚ ਆਪਣੇ ਸੋਚਦਾ ਸੀਗਾ ਕਿ ਮੈਂ ਆਉਣ ਵਾਲੇ ਸਮੇਂ 'ਚ ਇਹਦੇ ਨਾਲ ਕੰਮ ਕਰਾਂਗਾ ਉਹ ਮੈਨੂੰ ਰੱਬ ਦੀ ਕਿਰਪਾ ਮੈਨੂੰ ਨੇ ਮਿਹਨਤ ਕਰਨੀ ਵੀ ਪਰਮਾਤਮਾ ਨੇ ਆਪੇ ਸਬਬ ਬਣਾ ਕੇ ਉਹ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਅਸੀਂ ਤਾਂ ਇਹ ਚਾਹਾਂਗੇ ਦੁਆ ਕਰਾਂਗੇ ਕਿ ਜੋ ਤੁਹਾਡਾ ਸੁਪਨਾ ਹੈ ਮਾਨ ਸਾਹਿਬ ਨੂੰ ਆਪਣਾ ਗਾਣਾ ਦੇਣਾ ਹਾਂ ਬਸ ਉਹ ਤਾਂ ਮੈਂ ਲੈ ਕੇ ਇੱਕ ਦੋ ਗਾਣੇ ਰੱਖੇ ਹੋਏ ਨੇ ਜਿਹੜਾ ਉਹਨਾਂ ਨੂੰ ਦੇਣੇ ਨੇ ਉਹ ਬਾਕੀ ਅਗਰ ਅੱਗੇ ਪਰਮਾਤਮਾ ਜਾਂ ਸਾਡਾ ਲੱਕ ਬਿਲਕੁਲ ਬਿਲਕੁਲ ਜੀ ਸਾਥ ਦਿੰਦਾ ਹੈ ਜੀ ਬਿਲਕੁਲ ਇਸ ਵ

ਬ੍ਰੇਕ ਤੋਂ ਬਾਅਦ ਜੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਸਪੌਟਲਾਈਟ ਦੇ ਵਿੱਚ ਸਾਡੇ ਨਾਲ ਬੈਠੇ ਨੇ ਐਸ ਮੁਖਤਿਆਰ ਜੀ ਜੋ ਕਿ ਬਹੁਤ ਵਧੀਆ ਵਧੀਆ ਗਾਣੇ ਲਿਖਦੇ ਨੇ ਤੇ ਆਪਾਂ ਗੱਲਾਂ ਕਰ ਰਹੀ ਸੀ ਤੁਹਾਡੇ ਗਾਣਿਆਂ ਦੇ ਬਾਰੇ ਅ ਐਸ ਮੁਖਤਿਆਰ ਜੀ ਤੁਸੀਂ ਗੱਲ ਕੀਤੀ ਚੰਨਾ ਜੋ ਗਾਣਾ ਕਿ ਇਹੀ ਉਹ ਗਾਣਾ ਸੀ ਜਿਨ੍ਹਾਂ ਨੇ ਜਿਸ ਗਾਣੇ ਨੇ ਤੁਹਾਨੂੰ ਇੱਕ ਪਹਿਚਾਨ ਦਿੱਤੀ ਗੀਤ ਕਰਦੀ ਹਾਂਜੀ ਬਿਲਕੁਲ ਇਸ ਗਾਣੇ ਤੋਂ ਮੇਰੀ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਗਾਣਿਆਂ ਨੇ ਰੰਗ ਲਗਾਏ ਰਾਈਟ ਐਸ ਮੁਖਤਿਆਰ ਜੀ ਇਹ ਦੱਸੋ ਕਿਹੜੇ ਕਿਹੜੇ ਸਿੰਗਰਸ ਨੇ ਜਿਨ੍ਹਾਂ ਨੂੰ ਤੁਸੀਂ ਗਾਣੇ ਦੇ ਚੁੱਕੇ ਹੋ ਇ ਕੰਮ ਕਰ ਚੁੱਕਾ ਵਾਂ ਤੇ ਹੋਰ ਅੱਗੇ ਵੀ ਕਰਦੇ ਰਵਾਂਗੇ ਕਿਉਂਕਿ ਹੁਣ ਮੈਂ ਆਪਣਾ ਕੁਝ ਆਪਣੀ ਪ੍ਰੈਜੈਂਟੇਸ਼ਨ 'ਚ ਕੰਮ ਕਰ ਰਿਹਾ ਵਾਂ ਤੇ ਉਹ ਅਸੀਂ ਜੋ ਦਿਲ ਕਰਦਾ ਕੰਮ ਕਰ ਲੀਦਾ। ਪਰ ਰੀਸੈਂਟਲੀ ਜੇ ਹੁਣ ਆਪਾਂ ਗੱਲ ਕਰੀਏ ਚੈਨਲਸ ਤੇ ਗੱਲ ਕਰੀਏ ਜਿਹੜੇ ਗਾਣੇ ਚੱਲਦੇ ਪਏ ਨੇ ਤੁਹਾਡੇ ਲਿਖੇ ਹੋਏ ਕਿਹੜੇ ਗਾਣੇ ਨੇ ਜੋ ਚੈਨਲਸ ਦੇ ਉੱਤੇ ਚੱਲ ਰਹੇ ਨੇ? ਸਰ ਹੁਣ ਲੇਟੈਸਟ ਮੇਰਾ ਜੁਗਣੀ ਫੋਰ ਕਰਕੇ ਕਾਫੀ ਹਿੱਟ ਹੋਇਆ ਗਾਣਾ। ਅਸੀਂ ਆ ਸਿੱਖ ਜਿਸ ਨੂੰ ਪੀਟੀਸੀ ਚੈਨਲ ਤੋਂ ਅਵਾਰਡ ਮਿਲਿਆ। ਵਾਹ ਜੀ। ਤੋਂ ਪਹਿਲਾਂ ਸੀਗਾ ਆਪਣਾ ਮੈਨ ਸਿੰਘ ਦਾ ਸੀਗਾ ਅਸੀਂ ਪੰਜਾਬੀ ਗੱਭਰੂ ਚੱਕ ਲਈਏ ਫੱਟੇ ਉਹ ਕੰਗਣਾ ਕਰਕੇ ਗਾਣਾ ਸੀਗਾ ਬਲਕਾਤ ਸਿੰਘ ਦਾ। ਤੇ ਇਹ ਗਾਣੇ ਮੇਰੇ 2012 ਚ ਲਾਂਚ ਹੋਏ ਨੇ ਜਿਹਨਾਂ ਦੇ ਨਾਲ ਮੈਨੂੰ ਕਾਫੀ ਨੇ ਜੁਗਣੀ ਮੈਂ ਬਹੁਤ ਵਧੀਆ ਮਤਲਬ ਮੈਨੂੰ ਤਾਂ ਖੁਦ ਬਹੁਤ ਵਧੀਆ ਉਹ ਗਾਣਾ ਲੱਗਿਆ ਗਾਇਆ ਵੀ ਬੜੇ ਅੱਛੇ ਸਟਾਈਲ ਦੇ ਵਿੱਚ ਹੈ ਵੀਡੀਓ ਬਹੁਤ ਵਧੀਆ ਹੈ ਪਰ ਜੀਐਸਐਲ ਭਾਜੇ ਨਾਲ ਮੇਰੇ ਖਿਆਲ ਨਾਲ ਤੁਹਾਡਾ ਖਾਸ ਪਿਆਰ ਹੈ ਹਾਂਜੀ ਜੀਐਸਐਲ ਨਾਲ ਕਾਫੀ ਅਸੀਂ ਮੈਂ ਟਿਊਨਿੰਗ ਦੇ ਨਾਲ ਕੰਮ ਕਰੀਦਾ ਹੈ ਮਜ਼ਾ ਆਉਂਦਾ ਹੈ ਕਿਉਂਕਿ ਅਸੀਂ ਟਾਈਮ ਤੇ ਵੇਖੀਦਾ ਨਹੀਂ ਹੈਗਾ ਸ਼ਾਮ ਦੇ ਟਾਈਮ ਅਗਰ ਟਾਈਮ ਮਿਲਿਆ ਸੀ ਰਾਤੀ 11 11 ਵਜੇ ਤੱਕ 12 12 ਇੱਕ ਇੱਕ 2 ਵਜੇ ਤੱਕ ਬੈਠੇ ਰਹੇ ਤੇ ਕੰਮ ਕਰਨ ਵਾਸਤੇ ਉਹਨਾਂ ਦੇ ਨਾਲ ਮੇਰੇ ਹੋਰ ਵੀ ਆਉਣ ਵਾਲੇ ਕਾਫੀ ਸਾਰੇ ਪ੍ਰੋਜੈਕਟ ਨੇ ਜੋ ਅਸੀਂ ਇਕੱਠੇ ਕਰ ਰਹੇ ਹਾਂ ਓਕੇ ਹਾਂਜੀ ਕਿਉਂਕਿ ਜਦੋਂ ਤੁਸੀਂ ਗੀਤ ਉਹਨਾਂ ਨੂੰ ਦਿੰਨੇ ਹੋ ਉਸ ਹਿਸਾਬ ਨਾਲ ਉਹ ਮਿਊਜ਼ਿਕ ਬਣਾਉਂਦੇ ਆ ਤੁਹਾਡੇ ਐਕਸਪੀਰੀਅੰਸ ਦੇ ਨਾਲ ਜੋ ਤੁਹਾਡਾ ਐਕਸਪੀਰੀਅੰਸ ਆ ਕਾਫੀ ਸਾਰੇ ਮਿਊਜ਼ਿਕ ਡਾਇਰੈਕਟਰ ਨਾਲ ਤੁਸੀਂ ਕੰਮ ਕਰ ਚੁੱਕੇ ਹੋ ਕਿਹੜਾ ਸਭ ਤੋਂ ਅੱਛਾ ਐਕਸਪੀਰੀਅੰਸ ਰਿਹਾ ਹਾਂ ਤੱਕ ਸਾਰੇ ਮਿਊਜ਼ਿਕ ਡਾਇਰੈਕਟਰ ਨਾਲ ਬਹੁਤ ਅੱਛਾ ਰਿਹਾ ਜਿਨ੍ਹਾਂ ਨਾਲ ਮੈਂ ਗੌਰਵਜੀ ਨਾਲ ਵੀ ਪਹਿਲਾਂ ਕੰਮ ਕਰਦਾ ਰਿਹਾ ਹੁਣ ਮੈਂ ਨਵੇਂ ਡਾਇਰੈਕਟਰ ਜਿਵੇਂ ਆਪਣੇ ਮੇਰੇ ਜਸ ਸਿੰਘ ਨੇ ਯੂ ਐਸ ਏ ਤੋਂ ਉਹਨਾਂ ਨਾਲ ਕੰਮ ਕਰ ਰਿਹਾ ਮੈਂ ਤੇ ਮੈਨੂੰ ਕੰਫਰਟੀ ਫੀਲ ਹੁੰਦਾ ਕਿਸੇ ਨਾਲ ਅੱਜ ਤੱਕ ਐਸਾ ਨਹੀਂ ਲੱਗਿਆ ਕਿ ਯਾਰ ਮੈਂ ਇਰੀਟੇਟ ਹੋ ਤਾ ਉਹ ਮਤਲਬ ਕੁਝ ਸੋਚਦਾ ਹੈ ਜਾਂ ਬੈਠੇ-ਬੈਠੇ ਕੋਈ ਵਾਇਨ ਲਿਖ ਦਿੰਦਾ ਤੁਸੀਂ ਕੀ ਸੋਚ ਕੇ ਲਿਖਦੇ ਹੋ ਜਾਂ ਸਿੰਗਰ ਜੋ ਡਿਮਾਂਡ ਕਰਦਾ ਉਹ ਤੁਸੀਂ ਲਿਖਦੇ ਹੋ ਪਹਿਲਾਂ ਕੋਈ ਐਸਾ ਨਹੀਂ ਸੀ ਕਿ ਹੁਣ ਥੋੜਾ ਡਿਫਿਕਲਟ ਹੋ ਗਿਆ ਕਿਉਂਕਿ ਥੋੜਾ ਜਮਾਨਾ ਚੇਂਜ ਹੋ ਗਿਆ ਨਾ ਜਦ ਤੇ ਕੁਝ ਗਾਣੇ ਐਸੇ ਆ ਗਏ ਨੇ ਬਿਲਕੁਲ ਟੀਨੇਜਰ ਸਟਾਈਲ ਦੇ ਤੇ ਉਹਨਾਂ ਵਾਸਤੇ ਸਾਡਾ ਸਪੈਸ਼ਲ ਡਿਮਾਂਡ ਕਰਨੀ ਪੈਂਦੀ ਨਹੀਂ ਤੇ ਪਹਿਲਾਂ ਤੇ ਅਸੀਂ ਆਪਣੀ ਮਰਜ਼ੀ ਨਾਲ ਹੀ ਕੰਮ ਕਰੀਦਾ ਸੀ ਜੋ ਵੀ ਕਰੀਦਾ ਸੀਗਾ ਸੋ ਤੁਸੀਂ ਸਪੈਸ਼ਲ ਗਾਣਾ ਜਿਹੜਾ ਲਿਖਿਆ ਹੋਵੇ ਕਿਸੇ ਦੇ ਡਿਮਾਂਡ ਦੇ ਉੱਤੇ ਉਹ ਸਾਨੂੰ ਸੁਣਾਓ ਪਲੀਜ਼ ਦੱਸੋ ਕਿਹੜਾ ਗਾਣਾ ਆਉਣ ਵਾਲਾ ਹੈ ਉਹ ਮੈਂ ਇਹ ਨਹੀਂ ਕਹਤਾ ਕੋਈ ਪਲੀਜ਼ ਹੋਣ ਵਾਲਾ ਹਾਂਜੀ ਉਹ ਆਪਣਾ ਆਇਨਾ ਦੇ ਇਹ ਜਿਨ੍ਹਾਂ ਨੇ ਜੁਗਣੀ ਗਾਇਆ ਸੀਗਾ ਸੁਮਿਤਾ ਉਹਨਾਂ ਦਾ ਆਉਣ ਵਾਲਾ ਮਹੀਨੇ ਟੇਡ ਮਹੀਨਾ ਤੱਕ ਉਹ ਆਨਲਾਈਨ ਸੋ ਪਹਿਲਾਂ ਕੋਈ ਗਾਣਾ ਲਿਖਿਆ ਹੋਵੇ ਸਪੈਸ਼ਲ ਡਿਮਾਂਡ ਦੇ ਉੱਤੇ ਪਹਿਲਾਂ ਨਹੀਂ ਮੈਂ ਅਜ ਤੱਕ ਸੁਣੀ ਨਹੀਂ ਕਿਸੇ ਦੀ ਖੁਦੀ 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 ਲਿਖਦੇ ਰਹੇ ਸੋ ਤੁਸੀਂ ਉਹ ਮੇਰੇ ਲਈ ਫਰਸਟ ਐਕਸਪੀਰੀਅੰਸ ਹੋਇਆ ਜਿਹੜਾ ਕਿ ਇਸ ਤਰ੍ਹਾਂ ਦਾ ਜਿਹੜਾ ਪਰ ਫਿਰ ਵੀ ਕਿਹੋ ਜਿਹਾ ਤੁਹਾਨੂੰ ਮਾਹੌਲ ਚਾਹੀਦਾ ਹੁੰਦਾ ਹੈ ਗਾਣੇ ਜਦੋਂ ਤੁਸੀਂ ਲਿਖਦੇ ਹੋ ਕੋਈ ਸਪੈਸ਼ਲ ਮਾਹੌਲ ਚਾਹੀਦਾ ਹੁੰਦਾ ਹੈ ਜਾਂ ਕਿਤੇ ਕੋਈ ਨਹੀਂ ਮੈਂ ਫ੍ਰੀਮੈਂਟ ਓਕੇ ਕੰਮ ਕਰਨਾ ਜੇ ਨਹੀਂ ਕੋਈ ਐਦਾਂ ਦਾ ਹੁੰਦਾ ਲੱਗਦਾ ਤਾਂ ਮੈਂ ਛੱਡ ਦੇਣਾ ਕੰਮ ਮੈਂ ਐਸਾ ਕੋਈ ਨਹੀਂ ਰੋਜ਼ ਰੋਜ਼ ਲਿਖਦੇ ਹੋ ਜਾਂ ਕਦੀ ਕਦੀ ਕਦੇ 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 ਜਦੋਂ ਮੂਡ ਬੰਦਾ ਹੈ ਅੱਛਾ ਅੱਛਾ ਉਹ ਵੀ ਹੁੰਦਾ ਕਿ ਅੰਦਰੋਂ ਇੱਕ ਮੂਡ ਬਣਨਾ ਚਾਹੀਦਾ ਬਸ ਬਸ ਸਰ ਇਹ ਚੀਜ਼ਾਂ ਹੈ ਨਹੀਂ ਕਿ ਜ਼ਬਰਦਸਤੀ ਨਾਲ ਕੀਤੀਆਂ ਜਾਣ ਕਿਉਂਕਿ ਇਹ ਪਰਮਾਤਮਾ ਦੀ ਰੰਗਤ ਹੈ ਔਰ ਕੋਈ ਐਸੀ ਨਹੀਂ ਬਿਲਕੁਲ ਜੀ ਪਰ ਐਸਮੁਖਤਿਆਰ ਜੀ ਇਹ ਵੀ ਹੁੰਦਾ ਕਿ ਜਦੋਂ ਇਨਸਾਨ ਇੱਕ ਦੁਨੀਆ ਨੂੰ ਦੇਖਦਾ ਹੈ ਬਾਹਰਲੀ ਦੁਨੀਆ ਨੂੰ ਦੇਖਦਾ ਹੈ ਕੁਝ ਕੰਮ ਹੋ ਰਿਹਾ ਹੈ ਜਾਂ ਕੋਈ ਇਹੋ ਜੀ ਚੀਜ਼ ਹੋ ਰਹੀ ਹੈ ਉਸ ਨੂੰ ਸੋਚ ਕੇ ਵੀ ਬੰਦਾ ਲਿਖਣ ਲੱਗ ਜਾਂਦਾ ਕਿ ਤੁਸੀਂ ਵੀ ਇਹ ਚੀਜ਼ਾਂ ਨੂੰ ਦੇਖ ਦੇ ਕੇ ਕੁਝ ਆਪਣੇ ਦਿਮਾਗ ਦੇ ਵਿੱਚ ਪਾਣੇ ਹੋ ਕਿ ਮੈਂ ਇਸ ਦੇ ਉੱਤੇ ਲਿਖਣਾ ਹੈ ਬਿਲਕੁਲ ਸਰ ਲਿਖੀ ਬਿਲਕੁਲ ਆਈਡੀਆ ਨਾਲ ਚੱਲਦਾ ਜਿਵੇਂ ਸਮ ਮੋਡ ਕੀਤਾ ਜਾਏ ਇਸੇ ਤਰ੍ਹਾਂ ਬਹੁਤ ਸਾਰੇ ਆਈਡੀਏ ਮੇਰੇ ਜੋ ਆਣ ਵਾਲੇ ਨੇ ਅਸੀਂ ਮੈਂ ਕੁਝ ਐਸੇ ਗਾਣੇ ਲਿਖੇ ਨੇ ਸਰ ਜੋ ਕਿ ਨਾਲ ਦੀ ਨਾਲ ਗਾਏ ਨੇ ਤੇ ਨਾਲ ਦੀ ਨਾਲ ਲਿਖੇ ਨੇ ਮੈਂ ਪੈਨ ਕਾਪੀ ਤੇ ਲਿਖੇ ਵੀ ਨਹੀਂ ਆਗੇ ਗਾਣੇ ਅੱਛਾ ਜੀ ਵਾਹ ਜੀ ਵਾਹ ਨੰਬਿੰਗ ਹੋਈ ਨਾਲ ਦੀ ਨਾਲ ਹੈ ਜੀਐਸਐਲ ਨਾਲ ਹੀ ਆ ਰਹੇ ਹੋ ਗਾਣਾ ਵਾਹ ਜੀ ਵਾਹ ਪਰ ਤੁਸੀਂ ਬਹੁਤ ਦੇਰ ਤੋਂ ਲਿਖਦੇ ਆ ਰਹੇ ਹੋ ਹਨਾ ਬਹੁਤ ਸਾਲ ਹੋ ਚੁੱਕੇ ਨੇ ਤੁਹਾਨੂੰ ਲਿਖਦੇ ਉਸ ਟਾਈਮ ਦੀ ਜੇ ਗੱਲ ਕਰੀਏ ਤਾਂ ਕਿੰਨਾ ਕੁ ਡਿਫਰੈਂਸ ਆ ਗਿਆ ਹੁਣ ਜਿਹੜੇ ਤੁਸੀਂ ਗਾਣੇ ਲਿਖਦੇ ਹੋ ਉਹਨਾਂ ਗਾਣਿਆਂ ਤੋਂ ਸਰ ਹੁਣ ਤਾਂ ਬਹੁਤ ਫਰਕ ਆ ਗਿਆ ਕਿਉਂਕਿ ਪਹਿਲਾਂ ਮੈਨੂੰ ਮੈਂ ਸਾਰੇ ਮਾਈਂਡ ਤੇ ਮੈਨੂੰ ਕਾਫੀ ਮਦਦ ਜਿਵੇਂ ਕਾ ਤੁਸੀਂ ਕੰਮ ਦੇ ਦਿੱਤਾ ਤਾਂ ਮੈਂ ਸਪੈਸ਼ਲੀ ਉਸ ਕੰਮ ਤੇ ਬੈਠਦਾ ਸੀਗਾ ਕਿ ਇਹ ਬੰਦੇ ਨੂੰ ਕੰਮ ਦੇਣਾ ਹੈ ਹੁਣ ਮੇਰੇ ਵਾਸਤੇ ਔਖਾ ਨਹੀਂ ਲੱਗਦਾ ਹੈਗਾ ਅੱਛਾ ਜੀ ਰਾਈਟ ਰਾਈਟ ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ ਦੇ ਦੇਾਂਗੇ ਵੀ ਦੇ ਹੀ ਦੇਣਾ ਕੈਂਡੀਡੇਟ ਕਹਿੰਦੇ ਚ 2 ਘੰਟੇ ਚ ਗਾਣਾ ਲਿਖ ਕੇ ਜੋ ਵੀ ਹੈ ਐਸਾ ਕੋਈ ਹੋਣੀ ਜੋ ਤੁਹਾਡੇ ਗਾਣੇ ਆ ਜੋ ਲਿਖੇ ਹੋਏ ਆ ਗਾਣੇ ਆ ਉਹ ਜ਼ਿਆਦਾ ਬੀਟ ਸੌਂਗਸ ਨੇ ਕਿ ਤੁਸੀਂ ਖੁਦ ਬੀਟ ਸੌਂਗਸ ਲਿਖਣਾ ਪਸੰਦ ਕਰਦੇ ਹੋ ਜਾਂ ਫਿਰ ਸਿੰਗਰ ਦੀ ਡਿਮਾਂਡ ਹੁੰਦੀ ਹੈ ਕਿ ਸਾਨੂੰ ਬੀਟ ਸੌਂਗ ਚਾਹੀਦਾ ਕਿ ਤੁਹਾਡੀ ਪਰਸਨਲ ਲਾਈਕ ਦੀ ਗੱਲ ਕਰੀਏ ਤਾਂ ਕਿਹੋ ਜਿਹੇ ਗਾਣੇ ਤੁਸੀਂ ਲਿਖਣਾ ਪਸੰਦ ਕਰਦੇ ਮੈਂ ਸਰ ਸੈਡ ਵੀ ਲਿਖਣਾ ਵਾਂ ਲੇਕਿਨ ਸੈਡ ਗਾਣੇ ਮੇਰੇ ਕਿਉਂਕਿ ਉਹ ਮੇਨ ਪੰਜਾਬ ਚ ਕਮ ਹੈ ਸੈਡ ਦਾ ਮੈਂ ਬੈਠਾ ਦਿੱਲੀ ਵਿੱਚ ਤੇ ਦਿੱਲੀ ਵਿੱਚ ਸਾਰੇ ਬੀਟ ਸੌਂਗ ਹੀ ਪਸੰਦ ਕਰਦੇ ਫਿਰ ਜੇ ਜਿਹਾ ਦੇਸ ਵੈਸਾ ਵੇਸ ਬਿਲਕੁਲ ਤੁਸੀਂ ਵੀ ਤੁਸੀਂ ਕਿਹੜੇ ਕਿਹੋ ਜਿਹੇ ਗਾਣੇ ਲਿਖਣਾ ਪਸੰਦ ਕਰਦੇ ਹੋ ਮੈਂ ਰੋਮਾਂਟਿਕ ਗਾਣੇ ਰੋਮਾਂਟਿਕ ਪਸੰਦ ਹਾਂ ਓਕੇ ਕੋਈ ਵੀ ਉਹ ਜਿਹੜਾ ਗਾਣਾ ਜੋ ਕੋਈ ਵੀ ਜਿਹੜੀ ਲਾਈਨਾਂ ਜੋ ਤੁਸੀਂ ਲਿਖਿਆ ਨੇ ਜੋ ਤੁਹਾਨੂੰ ਬਹੁਤ ਜ਼ਿਆਦਾ ਅੱਛੀ ਲੱਗਦੀਆਂ ਨੇ ਸਾਡੇ ਨਾਲ ਪਲੀਜ਼ ਸ਼ੇਅਰ ਕਰੋ ਮੇਰੇ ਸਭ ਕੁਝ ਆਉਣ ਵਾਲੇ ਨੇ ਹੁਣ ਟੀ ਸੀਰੀ ਤੋਂ ਐਲਬਮ ਆ ਰਹੀ ਹੈ ਮੇਰੀ ਉਹਦੇ ਅੰਦਰ ਮੈਂ ਪੜਾਸ ਕੱਢੀ ਆਪਣੀ ਜਿਹੜੀ ਅੱਛਾ 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 ਰਾਈਟ ਰਾਈਟ 1.5 ਮਹੀਨੇ ਚ ਹੋ ਜੇਗੀ ਉਹ ਸਾਰੇ ਮਤਲਬ ਜਿਹੜਾ ਮੇਰੇ ਰੰਗ ਨੇ ਉਹ ਪੂਰੇ ਨੇ ਵਾਹ ਜੀ ਵਾਹ ਬਿਲਕੁਲ ਇਸ ਮੁਖਤਿਆਰ ਜੀ ਨਾਲ ਬਹੁਤ ਸਾਰੀਆਂ ਗੱਲਾਂ ਨੇ ਜੋ ਅਸੀਂ ਹਲੇ ਕਰਾਂਗੇ ਪਰ ਵੇਲਾ ਹੋ ਗਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜੀ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੀਟੀਸੀ ਸਪੌਟਲਾਈਟ ਦੇ ਵਿੱਚ ਸਾਡੇ ਨਾਲ ਬੈਠ ਨੇ ਇਸ ਮੁਖਤਿਆਰ ਜੀ ਇਸ ਮੁਖਤਿਆਰ ਜੀ ਤੁਸੀਂ ਬਾਲੀਵੁੱਡ ਲਈ ਵੀ ਗਾਣੇ ਦੇ ਚੁੱਕੇ ਹੋ ਇਸ ਦੇ ਬਾਰੇ ਸਾਨੂੰ ਕੁਝ ਦੱਸੋ ਕਿ ਕਿਹੜੀ ਕਿਹੜੀ ਫਿਲਮਾਂ ਨੇ ਬਾਲੀਵੁੱਡ ਦੀਆਂ ਜਿਨ੍ਹਾਂ ਲਈ ਤੁਸੀਂ ਗਾਣੇ ਦੇ ਚੁੱਕੇ ਹੋ ਤੇ ਕਿਹੜੇ ਸਿੰਗਰਸ ਨੇ ਉਹ ਗ ਮੇਰੀ ਹੁਣੇ ਪਿਕਚਰ ਇੱਕ ਆਈ ਸੀਗੀ ਸਰ ਮਿਸਟਰ ਬੱਟੀ ਔਨ ਛੁੱਟੀ ਉਸ ਸਟੀਰੀਓ ਨੇਸ਼ਨ ਨੇ ਗਾਇਆ ਹੈ ਜੀ ਐਸਐਲ ਨੇ ਉਸ ਦਾ ਮਿਊਜ਼ਿਕ ਕੀਤਾ ਸੀਗਾ ਅੱਛਾ ਜੀ ਅਨਪਮ ਖੈਰ ਦੀ ਉਸ ਤੋਂ ਪਹਿਲਾਂ 2005 ਚ ਸੇ ਸਲਾਮ ਇੰਡੀਆ ਆਈ ਸੀਗੀ ਇਹ ਸੰਜੇ ਸੂਰੀ ਦੀ ਉਹ ਗੌਰਵ ਦਿਆਲ ਜੀ ਨੇ ਕੀਤਾ ਸੀਗਾ ਤੇ ਉਹਨਾਂ ਨਾਲ ਮੈਂ ਕੀਤਾ ਸੀ ਹੁਣੇ ਪੰਜਾਬੀ ਪਿਕਚਰ ਲਾਂਚ ਹੋਈ ਹੈ ਪਗੜੀ ਸਿੰਘ ਦਾ ਤਾਜ ਦਾ ਟਾਈਟਲ ਮੈਂ ਲਿਖਿਆ ਸੀਗਾ ਓਕੇ ਤੇ ਇਸੇ ਤਰ੍ਹਾਂ ਰਾਈਟ ਜੀ ਲੱਗੇ ਹੋਏ ਆਪਨੀ ਸੋ ਤੁਸੀਂ ਪੰਜਾਬੀ ਇੰਡਸਟਰੀ ਦੇ ਸ਼ੁਰੂ ਕਰਕੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਤੁਸੀਂ ਆਪਣੇ ਪੈਰ ਪਾ ਚੁੱਕੇ ਹੋ ਪਰ ਇਹ ਵੀ ਸੁਣਨਾਂ ਦੇ ਵਿੱਚ ਆਇਆ ਕਿ ਤੁਸੀਂ ਇੱਕ ਪਾਕਿਸਤਾਨੀ ਸਿੰਗਰਸ ਨੇ ਉਹਨਾਂ ਲਈ ਵੀ ਤੁਸੀਂ ਗਾਣੇ ਲਿਖ ਚੁੱਕੇ ਹੋ ਇਹਨਾਂ ਦੇ ਬਾਰੇ ਕੁਝ ਦੱਸੋ ਹਾਂਜੀ ਮੇਰੇ ਦੋਸਤ ਨੇ ਯੂਕੇ ਦੇ ਅੰਦਰ ਖਿਜ਼ਾ ਮਿਊਜ਼ਿਕ ਪ੍ਰੋਡਿਊਸਰ ਨੇ ਮੈਂ ਉਹਨਾਂ ਦੇ ਨਾਲ ਹੀ ਸਾਰਾ ਕੰਮ ਕਰਨਾ ਮੈਂ ਉਬਰਾਲ ਹਕ ਉਬਰਾਰੁਲ ਹਕ ਵਾਸਤੇ ਕੰਮ ਕੀਤਾ ਅੱਛਾ ਜੀ ਹਦੀਕਾ ਕਿਆਨੀ ਉਰ ਉਮਰ ਨਦੀਮ ਸਾਡਾ ਆਪਣਾ ਆਰਟਿਸਟ ਹੈ ਜੋ ਇੰਡੀਆ ਚ ਮੈਂ ਉਹਨੂੰ ਪ੍ਰੋਮੋਟ ਕਰਨਾ ਯੂਕੇ ਚ ਖਿਜ਼ਾ ਕਰਦਾ ਹੈ ਤੋਂ ਨਾ ਵਾਸਤੇ ਹੋਰ ਬਾਕੀ ਹੋਰ ਸੋਈ ਆਰਟਿਸਟ ਮਨ ਪਾਕਿਸਤਾਨ ਤੋਂ ਨਹੀਂ ਪਰ ਰਹਿੰਦੇ ਯੂਕੇ ਨੇ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਪਾਕਿਸਤਾਨ ਚ ਵੀ ਰਹਿੰਦੇ ਨੇ ਯੂਕੇ ਵੀ ਆਂਦੇ ਜਾਂਦੇ ਨੇ ਲੇਕਿਨ ਬੇਸਿਕ ਉਹਨਾਂ ਦੀ ਪਾਕਿਸਤਾਨ ਚ ਹੀ ਹੈ ਕਿਉਂ ਇਹੋ ਜਿਹਾ ਗਾਣਾ ਜੋ ਤੁਸੀਂ ਪਾਕਿਸਤਾਨੀ ਸਿੰਗਰਜ਼ ਲਈ ਲਿਖਿਆ ਹੋਵੇ ਜੋ ਬਹੁਤ ਫੇਮਸ ਹੋਇਆ ਹੋਵੇ ਉਹ ਸਿਗਾ ਹੋ ਗਿਆ ਨਹੀਂ ਹੋ ਗਿਆ ਨਹੀਂ ਤੇਰੇ ਨਾਲ ਪਿਆਰ ਉਬਰਾਲ ਲੜ ਕਹਦਾ ਆਇਆ ਸੀਗਾ ਉਸ ਗਾਣੇ ਨੂੰ ਮੈਂ ਲਿਖਿਆ ਸੀਗਾ ਹੁਣ ਜੇ ਮੈਂ ਆਪਣੀ ਗੱਲ ਕਰਾਂ ਜਾਂ ਕੋਈ ਵੀ ਹੋਰ ਲੋਗ ਹੁੰਦੇ ਨੇ ਤਾਂ ਮੈਂ ਇੱਕ ਲਾਈ ਜੇ ਕਿਸੇ ਗਾਣੇ ਦੇ ਬਾਰੇ ਗੱਲ ਕਰਾ ਕੀ ਜੋ ਰਾਈਟਰਸ ਹੁੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਕੁਝ ਡਿਫਰੈਂਟ ਚੀਜ਼ ਚੱਲਦੀ ਹੈ ਕੀ ਉਹ ਚੀਜ਼ ਹੁੰਦੀ ਹੈ ਜੋ ਤੁਹਾਨੂੰ ਇੱਕ ਮੋਟੀਵੇਟ ਕਰਦੀ ਹੈ ਲਿਖਣ ਦੇ ਲਈ ਕੁਝ ਦੱਸੋਗੇ ਅੱਛਾ ਤੇ ਕੋ ਸਰ ਇੱਕ ਰਾਈਟਰ ਦੀ ਇੱਕ ਸੋਚ ਖਾਲੀ ਇੱਕ ਘਰ 'ਚ ਬੈਠਾ ਤੇ ਘਰ ਨਹੀਂ ਉਹਦੇ ਅੰਦਰ ਬੈਠਾ ਹੁੰਦਾ ਕਿ ਮੈਂ ਘਰ ਦੇ ਦੁਆਰਾਂ ਦੇਖ ਰਿਹਾ ਜਾਂ ਮੈਂ ਟੀਵੀ ਦੇਖ ਰਿਹਾ ਉਹ ਪੂਰੀ ਦੁਨੀਆ ਨੂੰ ਦੇਖਦਾ ਹੁੰਦਾ ਉਹ ਪੂਰੇ ਅੰਬਰ ਨੂੰ ਵੀ ਦੇਖਦਾ ਵੀ ਤਾਰੇ ਦੇ ਬਾਰੇ ਬੰਦਾ ਤਾਰੀਫ ਕਰਦਾ ਹੈ ਸਾਰੀਆਂ ਚੀਜ਼ਾਂ ਬਾਰੇ ਸਮੁੰਦਰ ਬਾਰੇ ਤਾਰੀਫ ਕਰ ਦਿੰਦਾ ਹੈ ਉਹ ਫਿਰ ਰਾਈਟਰ ਦਾ ਇੱਕ ਕੀ ਹੁੰਦਾ ਹੈ ਕਿ ਪੂਰੀ ਦੁਨੀਆ ਚ ਉਹਦਾ ਦਿਮਾਗ ਚੱਲਦਾ ਹੁੰਦਾ ਹੈ ਜੇਕਰ ਮੈਂ ਗਾਣਾ ਕਿਸੇ ਕੁੜੀ ਉੱਤੇ ਲਿਖ ਰਿਹਾ ਤੇ ਕੁੜੀ ਦੀ ਤਾਰੀਫ ਕਿਸ ਤਰੀਕੇ ਨਾਲ ਕੀਤੀ ਜਾਏ ਅਗਰ ਮੈਂ ਇੱਕ ਸਮਾਜੀ ਗਾਣਾ ਲਿਖ ਰਿਹਾ ਵਾਂ ਤੋ ਸਮਾਜਿਕ ਦੇ ਵਿੱਚ ਕੀ ਕੀ ਗੱਲਾਂ ਹੋ ਰਹੀਆਂ ਨੇ ਤੇ ਇਸ ਕਰਕੇ ਫਿਰ ਰਾਈਟਰ ਨੂੰ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ। ਹੋਰ ਵੀ ਤੁਸੀਂ ਆਪਣੇ ਅਪਕਮਿੰਗ ਪ੍ਰੋਜੈਕਟ ਦੇ ਬਾਰੇ ਗੱਲ ਕੀਤੀ ਹੈ ਕਿ ਮੈਂ ਜਿਵੇਂ ਮੰਨ ਦੀ ਪੜਾਅਸ ਕੱਢੀ ਐ ਸਵੈਂਟਿੰਗ ਸੌਂਗ ਲਿਖਣਾ ਪਸੰਦ ਕਰਦੇ ਹਾਂ ਤੇ ਹਾਲੇ ਤੱਕ ਤੁਸੀਂ ਕਿੰਨੇ ਗਾਣੇ ਲਿਖ ਚੁੱਕੇ ਹੋ? ਅਗਲੇ ਜਿਹੜੇ ਗਾਣੇ ਆਣੇ ਨੇ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਮਿਲਾ ਕੇ ਸਰ 200 ਦੇ ਲਗਭਗ ਗਾਣੇ। ਅੱਛਾ ਜੀ। ਹਾਂਜੀ। ਰਾਈਟ ਲਿਖ ਚੁੱਕੇ ਨੇ। ਹਾਂਜੀ। ਤੇ ਇਸ ਦੇ ਵਿੱਚ ਕਿੰਨੇ ਰਿਲੀਜ਼ ਹੋਏ ਨੇ ਗਾਣੇ? ਉਹ ਐਲਬਮ ਦੇ ਲਗਭਗ ਰਿਲੀਜ਼ ਹੋ ਗਈ ਤੁਸੀਂ ਕਾਊਂਟ ਕਰ ਲਓ ਉਹਨਾਂ ਨੂੰ। ਮੈਨੂੰ ਸੋਦੇ ਵਿੱਚ ਇੱਕ ਗਾਣਾ ਵੀ ਹੋਇਆ ਤੇ 100 ਤਾਂ ਬਣੀ ਗਏ ਨਾ ਪਰ ਕੋਈ ਇਹੋ ਜਿਹੀ ਗਾਲੇ ਹੋਣਗੇ ਜਿਹੜੇ ਤੁਸੀਂ ਲਿਖਿਆ ਜਾਂ ਹਲ ਗੀਤਕਾ ਮਤਲਬ ਕਿਸੇ ਸਿੰਗਰ ਨੇ ਗਾਇਨਾ ਹੋਣ ਕੁਝ ਆਉਣ ਵਾਲੇ ਸਰ ਮੇਰੇ ਘੱਟੋ ਘੱਟ 7 ਪ੍ਰੋਜੈਕਟ ਹੋ ਰਾਨ ਵਾਲੇ ਨੇ ਜਿਨ੍ਹਾਂ 'ਚ ਕਿਸੇ 'ਚ ਮੇਰੇ 4 ਗਾਣੇ ਨੇ ਕਿਸੇ 'ਚ 8 ਏ ਨੇ ਤੇ ਇੱਕ ਮੇਰੀ ਰਿਲੀਜ਼ ਐਲਬਮ ਆ ਰਹੀ ਹੈ ਗੁਰੂ ਗ੍ਰੰਥ ਜੀ ਮਾਨੇਉ ਓਕਾਰ ਓੰਕੀ ਦੀ ਉਸ ਦੀ ਉਸੇ ਦਾ ਹੀ ਇਹ ਐਲਬਮ ਮੇਰੀ ਪੂਰੀ ਲਿਖੀ ਹੋਈ ਹੈ ਉਸ ਦੀ ਪੌਪ ਐਲਬਮ ਹੈ ਜਿਹੜੀ ਆ ਰਹੀ ਉਹ ਵੀ ਮੇਰੀ ਲਿਖੀ ਹੋਈ ਹੈ ਤੇ ਤੁਸੀਂ ਵੀ ਟਰਾਈ ਕੀਤਾ ਗਾਣ ਦਾ ਮੈਂ ਇੱਕ ਗਾਣਾ ਗਾਇਆ ਸਰ ਜਵਾਰਿਆ ਹੈ ਜੇਐਸਐਲ ਗਾਣਾ ਹੀ ਆ ਰਿਹਾ ਹਾਂਜੀ 1 ਇੱਕ ਹੀ ਸੋ ਹਲੇ ਤੱਕ ਤੁਸੀਂ ਮਤਲਬ ਪੂਰੇ ਆਪਣੇ ਲਾਈਫ ਦੇ ਵਿੱਚ ਹਲੇ ਤੱਕ ਇੱਕ ਹੀ ਗਾਣਾ ਗਾਇਆ ਪਹਿਲਾਂ ਮੈਨੂੰ ਸਰ ਗਾਣ ਦਾ ਇੰਨਾ ਸ਼ੌਂਕ ਨਹੀਂ ਲਿਖਣ ਦਾ ਬਹੁਤ ਸ਼ੌਂਕ ਹੈ ਪਰ ਫਿਰ ਇਹ ਕਿਵੇਂ ਸਵੱਬ ਬਣਿਆ ਕਿ ਤੁਸੀਂ ਇਹ ਗਾਣਾ ਗਾਇਆ ਉਹ ਮੈਨੂੰ ਜੇਐਸਐਲ ਨੇ ਅੱਛਾ ਉਹਨੇ ਮੋਟੀਵੇਟ ਕੀਤਾ ਰਾਈਟ ਰਾਈਟ ਉਹ ਕਦੋਂ ਵੇਲਾ ਸੀਗਾ ਜਦੋਂ ਤੁਸੀਂ ਡਿਵੋਸ਼ਨਲ ਦੇ ਵਿੱਚ ਆਏ ਕਿਉਂਕਿ ਤੁਸੀਂ ਕਿਹਾ ਕਿ ਮੈਂ ਸਕੂਲ ਦੇ ਵਿੱਚ ਇੱਕ ਚਮਕੀਲੇ ਟਾਈਪ ਦੇ ਗਾਣੇ ਲਿਖਦਾ ਸੀਗਾ ਜਦੋਂ ਡਿਵੋਸ਼ਨਲ Song ਲਿਖਿਆ ਕਦੋਂ ਮੈਂ ਸਾਰ ਡਿਵੋਸ਼ਨਲ 2008 ਚ ਕੁਝ ਗਾਣੇ ਮੈਂ ਲਿਖ ਆਪਣੇ ਕੋਲ ਕਾਰਜੀ ਨੇ ਕਿਹਾ ਕਿ ਡਿਵੋਸ਼ਨਲ ਐਲਬਮ ਕਰਨੀ ਕਿਉਂਕਿ ਡਿਵੋਸ਼ਨਲ ਬਹੁਤ ਘੱਟ ਕਰਦੇ ਨੇ ਤਾਂ ਮੈਂ ਲਿਖਦਾ ਬਹੁਤ ਘੱਟਾਂ ਮੈਂ ਆਪਣੀ ਖੁਸ਼ੀ ਵਾਸਤੇ ਮੈਂ ਲਿਖਿਆ ਮੈਂ ਗੁਰੂ ਗਰੰਤ ਸਾਹਿਬ ਜੀ ਉੱਤੇ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਉੱਤੇ ਨੇ ਤੇ ਉਹਦੇ ਅੰਦਰ ਲਗ ਲਗ ਤਰ੍ਹਾਂ ਦੇ ਮੈਂ ਗਾਣੇ ਸਤੋਂ ਉਹਨਾਂ ਨੂੰ ਮੈਂ ਸੁਣਾਏ ਉਹਨਾਂ ਨੂੰ ਪਸੰਦ ਆਏ ਤੂੰ ਕਹ ਰਹੀ ਇਹਨਾਂ ਦੀ ਐਲਬਮ ਕਰਨੀ ਹੈ ਵੈਰੀ ਨਾਈਸ ਜੀ ਵੈਸੇ ਤੁਹਾਡਾ ਗਾਣਾ ਬੜਾ ਬੜਾ ਆਛਾ ਮੈਨੂੰ ਲੱਗਦਾ ਅਸੀਂ ਹਾਂ ਸਿੱਖ ਇਸ ਗਾਣੇ ਨੂੰ ਅਵਾਰਡ ਵੀ ਮਿਲਿਆ ਤੋ ਬੜਾ ਅੱਛਾ ਗਾਣਾ ਹੈ ਬਹੁਤ ਅੱਛੀ ਵੀਡੀਓ ਹੈ ਜੇ ਐਸਐਲ ਭਾਜੀ ਦਾ ਗਾਣਾ ਬਾਕੀ ਐਸ ਮੁਖਤਿਆਰ ਜੀ ਬਹੁਤ ਸਾਰੀਆਂ ਗੱਲਾਂ ਆਪਾਂ ਆਪਸ ਦੇ ਵਿੱਚ ਸ਼ੇਅਰ ਕੀਤੀਆਂ ਹੁਣ ਫਿਊਚਰ ਪਲਾਨਸ ਦੇ ਬਾਰੇ ਥੋੜਾ ਜਿਹਾ ਸਾਨੂੰ ਦੱਸ ਦੋ ਕਿ ਕੀ ਕੀ ਲੈ ਕੇ ਆ ਰਹੇ ਹੋ ਕਿ ਟੁਕੜ ਚਾਰ ਐਲਬਮ ਇਸ ਸਾਲ ਦੇ ਅੰਦਰ ਹੋਰ ਲਾਂਚ ਕਰਾਂਗਾ ਤੇ ਜਿੱਚ ਤਿੰਨ ਐਲਬਮ ਦੀ ਤੇ ਮੇਰੀ ਆਪਣੀ ਪ੍ਰੈਜੈਂਟੇਸ਼ਨ ਹੋਏਗੀ ਅੱਛਾ ਜੀ ਤੇ ਉਹਨਾਂ ਦੇ ਨਾਲ ਹੀ ਮੇਰਾ ਕੰਮ ਚੱਲ ਰਿਹਾ ਤੇ ਬਾਕੀ ਹੋਰ ਆਉਣ ਵਾਲੇ ਅਲੱਗ-ਅਲੱਗ ਸਿੰਗਰਾਂ ਦੇ ਗ੍ਰੇਟ ਗ੍ਰੇਟ ਠੀਕ ਹੈ ਐਸ ਮੁਖਤਿਆਰ ਜੀ ਅਸੀਂ ਇਹੀ ਚਾਹਵਾਂਗੇ ਪੀ.ਡੀ.ਸੀ ਪੰਜਾਬੀ ਵੱਲੋਂ ਅਸੀਂ ਤੁਹਾਨੂੰ ਵਿਸ਼ੇਸ਼ ਦਰਿਆ ਕਿ ਤੁਸੀਂ ਅੱਗੇ ਬਹੁਤ ਸੋਹਣਾ ਲਿਖਦੇ ਰਹੋ ਇਸੇ ਤਰ੍ਹਾਂ ਤੁਸੀਂ ਬਲੰਦੀਆਂ ਚੁੰੁੰਦੇ ਰਹੋ ਤੇ ਇਸੇ ਤਰ੍ਹਾਂ ਤੁਸੀਂ ਅੱਗੇ ਵਧਦੇ ਰਹੋ ਗੀਤਕਾਰੀ ਦੇ ਵਿੱਚ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਉਸਦੇ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸਸ ਸ਼ਕਰੀ ਪੰਜਾਬੀ ਗਾਇਕੀ ਵਿੱਚ ਬੀਟ ਸੰਗਸ ਦੇ ਨਾਲ ਆਪਣੀ ਪਛਾਣ ਬਣਾਉਣ ਵਾਲੇ ਐਸ ਮੁਖਤਿਆਰ ਨਾਲ ਇਹ ਸੀ ਸਾਡੀ ਖਾਸ ਮੁਲਾਕਾਤ ਅਗਲੇ ਐਪੀਸੋਡ ਦੇ ਵਿੱਚ ਫਿਰ ਸਤਿ ਸ਼੍ਰੀ ਅਕਾਲ ਜੀ